ਆਪਣਾ ਪਵੀਰ ਜੀ ਬਹੁਤ ਬਹੁਤ ਧੰਨਵਾਦ, ਕਾਲਾਂ ਕਾਫੀ ਨੇ ਤੇ ਸੋਰੀ ਮੈਂ ਇੰਨੀ ਕੁ ਤੁਹਾਡੇ ਨਾਲ ਗੱਲਬਾਤ ਕੀਤੀ ਤੇ ਡੋਂਟ ਮਾਈਂਡ, ਗੁੱਸਾ ਨਹੀਂ ਕਰਨਾ, ਬਹੁਤ ਵਧੀਆ ਲੱਗਾ ਤੁਹਾਡਾ ਗੱਲ ਕਰਕੇ। ਹੈਲੋ, ਥੈਂਕ ਯੂ ਸੋ ਮਚ। ਹੈਲੋ, ਹਾਂਜੀ ਸਰ, ਮੈਂ ਬਲਜਿੰਦਰ ਬੋਲ ਰਿਹਾ ਜੀ, ਪਿੰਡ ਕਿਤਨਾ, ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜਸ਼ੰਕਰ, ਮੋਲਾਵਾਰੀ ਦੇ ਬਿਲਕੁਲ ਲੱਗੇ ਜੀ। ਥੈਂਕ ਯੂ ਸੋ ਮਚ ਭਾਜੀ ਬਲਜਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ। ਹਾਂਜੀ ਸਰ ਜੀ, ਮੈਂ ਪਹਿਲੇ ਵੀ ਕਾਲ ਕੀਤੀ ਸੀ, ਕਿਉਂ ਸੈਲਵਨ ਦਾ ਨੰਬਰ ਸੀ, ਉਹਦੇ ਵਿੱਚ ਮੇਰਾ ਖਿਆਲ ਨੈਟਵਰਕ ਦੀ ਕੋਈ ਪ੍ਰੋਬਲਮ ਹੋਏਗੀ। ਹਾਂ, ਹੋ ਸਕਦਾ ਜੀ। ਸਰ ਮੈਂ ਇਸ ਕਰਕੇ ਅੱਜ ਕਾਲ ਤੁਹਾਨੂੰ ਕਰੀ ਹੈ, ਮੈਂ ਕਈਆਂ ਦਿਨਾਂ ਦਾ ਉਦੋਂ ਦੇਖ ਰਿਹਾ ਸੀਗਾ ਪ੍ਰੋਗਰਾਮ ਤੁਹਾਡਾ, ਬਹੁਤ ਵਧੀਆ ਲੱਗ ਰਿਹਾ। ਥੈਂਕ ਯੂ। ਤੇ ਉਹਦੇ ਵਿੱਚ ਕੀ ਹੈਗਾ, ਇੱਕ ਤਾਂ ਮੈਂ ਪਹਿਲੇ ਨੰਬਰ ਤੇ ਤਾਂ ਜਿਹੜੇ ਸਾਡੇ ਲੋਕ ਆ ਉਹਨਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਕਿ ਤੁਸੀਂ ਸਰਕਾਰਾਂ ਮੋਹਰੇ ਹੱਥ ਨਾ ਏ, ਅੱਡੋ ਤਾਂ ਬੈਸਟ ਆ, ਅੱਜ ਸਮਾਂ ਹੈਗਾ ਆ ਸਾਨੂੰ ਇੱਕ ਦੂਜੇ ਦਾ ਸਾਥ ਦੇਣ ਦਾ, ਸਾਥ ਦੇਣ ਦਾ। ਠੀਕ ਹੈ ਜੀ, ਆਪਾਂ ਇੱਕ ਦੂਜੇ ਦੀ ਹੈਲਪ ਕਰੀਏ ਤਾਂ ਸਾਰਿਆਂ ਨਾਲੋਂ ਵਧੀਆ ਆ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂ ਮੋਹਰੇ ਚੋਣਾਂ ਨਹੀਂ ਆਣੀਆਂ ਜਾਂ ਕਿਸੇ ਤਰ੍ਹਾਂ ਦੇ ਕੋਈ ਵੀ ਕਿਸੇ ਤਰ੍ਹਾਂ ਦੇ ਇਲੈਕਸ਼ਨ ਨਹੀਂ ਆਣੇ ਜੀ, ਜਦੋਂ ਹੁਣ ਇਹਨਾਂ ਨੂੰ ਨਹੀਂ ਕੋਈ ਪੁੱਛ ਰਿਹਾ ਇਸ ਔਖੀ ਘੜੀ ਦੇ ਵਿੱਚ ਜਿਹੜੇ ਜ਼ਰੂਰਤਮੰਦ ਲੋਕ ਆ। ਲੱਖ ਤੋਂ ਕੱਖ ਕਰੋੜਾਂ ਤੱਕ ਬਣਾ ਸਕਦੀ ਹੈ ਬੰਦੇ ਨੂੰ, ਬਟ ਤੁਸੀਂ ਆਪਣੀ ਔਕਾਤ ਨਾ ਵੇਚਿਆ ਕਰੋ, ਆਪਣਾ ਜ਼ਮੀਰ ਕਰੀ ਨਾ ਵੇਚਿਆ ਕਰੋ, ਮੈਂ ਇਸ ਗੱਲ ਦਾ ਦਾਵਾ। ਵੀਰ ਜੀ, ਮੈਂ ਗਰੰਟੀ ਨਾਲ, ਮੇਰੇ ਬਹੁਤ ਹੀ ਲੋਕ ਮੈਨੂੰ ਦੇਖਦੇ ਹੋਣ, ਸੁਣਦੇ ਹੋਣਗੇ, ਮੈਂ ਬਲਜਿੰਦਰ, ਮੇਰਾ ਵੈਸੇ ਫੋਟੋਗ੍ਰਾਫਰ ਦਾ ਕੰਮ ਆ, ਮੈਂ ਖੁਦ ਵੀ ਜੀ 3 ਇਲੈਕਸ਼ਨ ਲੜ ਚੁੱਕਿਆ ਆ, ਪਹਿਲਾਂ ਮੈਂ ਸਰਪੰਚੀ ਇਲੈਕਸ਼ਨ ਲੜਿਆ, ਉਦੋਂ ਮੈਂ 100-125 ਵੋਟ ਨਾਲ ਲੜਿਆ, ਔਰ ਮੈਂ ਕਿਸੇ ਨੂੰ ਕੋਈ ਸ਼ਰਾਬ ਨਹੀਂ, ਕੋਈ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ। ਉਸ ਤੋਂ ਬਾਅਦ ਫੇਰ ਸਰਪੰਚੀ ਲੜਿਆ, ਨਹੀਂ ਬਣਿਆ, ਕੋਈ ਦਿੱਕਤ ਨਹੀਂ, ਮੈਂ ਚਲੋ ਲੜਨੇ ਵਾਸਤੇ ਖੜਾ ਹੀ ਲੜਿਆ, ਤੇ ਇਸ ਵਾਰ ਮੈਂ ਬਲਾਕ ਸੰਮਤੀ ਲੜਿਆ ਸੀਗਾ ਆਮ ਆਦਮੀ ਪਾਰਟੀ ਅਤੇ BSP ਵੱਲੋਂ। ਪਰ ਮੈਂ ਹੁਣ ਉਹਨਾਂ ਨੂੰ ਵੀ ਮੈਂ ਰਿਕੁਐਸਟ ਇਹ ਕਰਦਾ ਹਾਂ ਕਿ ਜੇ ਹੋ ਸਕਦਾ ਹੈ ਨਾ, ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਪਹੁੰਚਣ। ਤੇ ਇੱਕ ਮੈਂ ਸਾਰਿਆਂ ਨਾਲੋਂ ਪ੍ਰਸ਼ਾਸਨ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ, ਜਿਵੇਂ ਕਿ ਪੰਜਾਬ ਪੁਲਿਸ, ਡਾਕਟਰ ਜਾਂ ਸਰਕਾਰੀ ਮੁਲਾਜ਼ਮ ਜਿੰਨੇ ਵੀ ਹੈਗੇ, ਸਰਕਾਰ ਨੇ ਐਲਾਨ ਕਰਤਾ ਕਿ ਉਹਨਾਂ ਦੀਆਂ ਤਨਖਾਹਾਂ ਕੱਟੀਆਂ ਜਾਊਗੀਆਂ। ਮੈਂ ਕਹਿੰਦਾ ਵੀਰ ਜੀ, ਉਹਨਾਂ ਨੂੰ ਸਮਾਂ ਕਿ ਡਬਲ ਤਨਖਾਹ ਦੇਣੀ ਚਾਹੀਦੀ ਆ, ਜਿਹੜੇ ਕਿ ਆਪਣੇ ਮੁੱਖ ਮੰਤਰੀ ਰਿਟਾਇਰ ਹੋਏ ਆ ਉਹਨਾਂ ਦੀਆਂ ਪੈਨਸ਼ਨਾਂ ਉਹਨਾਂ ਨੂੰ ਵੰਡਣੀਆਂ ਚਾਹੀਦੀਆਂ ਹੈਗੀਆਂ। ਹਾਂ, ਇਹ ਮੈਨੂੰ ਬੜੀ ਵਧੀਆ ਗੱਲ ਲੱਗੀ ਤੁਹਾਡੀ, ਜਿਹੜੇ ਮੁਲਾਜ਼ਮਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਵੀ ਸੜਕਾਂ ਤੇ ਖੜੇ ਨੇ, ਉਹਨਾਂ ਦੀ ਤਨਖਾਹ ਡਬਲ ਮਿਲਣੀ ਚਾਹੀਦੀ ਉਹਨਾਂ ਨੂੰ। ਹਾਂਜੀ ਹਾਂਜੀ, ਕਿਉਂਕਿ ਵੱਡੇ 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 ਮਗਰਮੱਛ ਨੇ ਜਿਨ੍ਹਾਂ ਦੀਆਂ ਤਨਖਾਹਾਂ ਲੱਖ ਲੱਖ, ਡੇਢ ਡੇਢ ਲੱਖ ਹੈਗੀਆਂ, ਜਿਹੜੇ ਵਿਹਲੇ ਬੈਠੇ ਘਰੇ ਕੁਰਸੀਆਂ ਤੋੜਦੇ ਪਏ ਨੇ, ਜਿਹੜੇ ਕਿ ਸਰਕਾਰ ਨੂੰ ਲੁੱਟ ਕੇ ਖਾ ਰਹੇ, ਉਹਨਾਂ ਦੀਆਂ ਤਨਖਾਹਾਂ ਬਿਲਕੁਲ ਨਹੀਂ ਉਹਨਾਂ ਦੇਣੀਆਂ ਚਾਹੀਦੀਆਂ। ਹਾਂਜੀ ਹਾਂਜੀ, ਬਿਲਕੁਲ ਨਹੀਂ ਦੇਣੀਆਂ ਚਾਹੀਦੀਆਂ। ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ, ਸਾਡੇ ਵਿਧਾਇਕ ਜੈ ਕਿਸ਼ਨ ਸਿੰਘ ਜੀ ਰੋੜੀ, ਠੀਕ ਹੈ ਜੀ, ਉਹਨਾਂ ਨੇ ਆਪਣੀ ਤਨਖਾਹ ਨਹੀਂ ਦਿੱਤੀ, ਉਹ ਜਨਤਾ ਦੇ ਵਿੱਚ ਆਪਣੇ ਕੋਲੋਂ ਵੰਡ ਰਹੇ ਹੈਗੇ ਆ ਜੋ ਵੀ ਸਮੱਗਰੀ ਜਿੰਨੀ ਵੀ ਹੋ ਸਕਦੀ ਹੈਗੀ ਆ, ਜਿੰਨਾ ਕੁ ਉਹਨਾਂ ਨੇ ਆਪਣੇ ਕੋਲ ਸੋਚਿਆ। ਪਰ ਲੇਕਿਨ ਸਮਾਜ ਸੇਵੀ ਦੇਖੋ ਕਿੰਨੇ ਮੋਹਰੇ ਆ ਰਹੇ ਹੈਗੇ ਆ, ਤੇ ਸਰਕਾਰ ਦਾ ਕੋਈ ਵੀ 1 ਰੁਪਈਆ ਨਹੀਂ ਸਾਡੇ ਪਿੰਡ ਵਿੱਚ ਪਹੁੰਚਿਆ, ਤੇ ਨਾ ਹੀ ਕਿਸੇ ਨੁਮਾਇੰਦੇ ਨੇ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੇ ਪਿੰਡ ਦੇ ਲਈ ਆਹ ਕੁਛ ਕਰ ਰਹੇ ਹਾਂ। ਮੈਨੂੰ ਤਕਰੀਬਨ ਪਿੰਡ ਦੇ ਵਿੱਚ, ਮੈਂ ਕੋਈ ਵਿਧਾਇਕ ਜਾਂ ਕੋਈ ਮੈਂ ਮੈਂਬਰ ਨਹੀਂ ਹੈਗਾ, ਸਿਰਫ ਇੱਕ ਮੈਂ ਆਮ ਇਨਸਾਨ ਹਾਂ, ਇਨਸਾਨੀਅਤ ਨਾਤੇ। ਭਾਜੀ, ਮੈਂ ਤਕਰੀਬਨ ਜਿਸ ਦਿਨ ਦਾ ਇਹ ਕੰਮ ਹੋ ਰਿਹਾ ਉਸ ਦਿਨ ਦਾ ਲਾਈਵ ਹੋ ਕੇ ਕਿਸੇ ਦੀ ਹੈਲਪ ਦੀ ਲੋੜ ਆ ਆਪਣੇ ਵੱਲੋਂ ਜਾ ਰਿਹਾ, ਮੇਰੇ ਕੋਲ ਗੱਡੀ ਹੈ, ਚਲੋ ਮਾੜੀ ਮੋਟੀ ਰੱਖੀਓ, ਉਹਦੇ ਨਾਲ ਜੇ ਕਿਸੇ ਗਰੀਬ ਲੋੜਵੰਦ ਨੂੰ ਜੇ ਹੋਸਪਿਟਲ ਤੱਕ ਜਾਣ ਦੀ ਲੋੜ ਆ, ਮੈਂ ਜਾ ਰਿਹਾ ਸੀਗਾ, ਜਦਕਿ ਹੁਣ ਹਦਾਇਤਾਂ ਤੇ ਉਹਨਾਂ ਨੇ ਕਰਤਾ ਕਿ ਪਾਸ ਹੋਣਾ ਜ਼ਰੂਰੀ ਆ, ਇਸ ਕਰਕੇ ਮੈਂ ਹੁਣ ਕਿਸੇ ਪਾਸੇ ਵੀ ਮੈਂ ਕਿਸੇ ਨੂੰ ਹਾਂ ਨਹੀਂ ਕਰ ਰਿਹਾ। ਤੇ ਬਾਕੀ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ, ਬੜੇ ਹੀ ਦੁਖੀ ਹਿਰਦੇ ਦੇ ਨਾਲ, ਕਿ ਸਰਕਾਰ ਇੱਕ ਜਿਹੜੇ ਸਾਡੇ ਕਿਨਰ ਆ ਉਹਨਾਂ ਨਾਲ ਵੀ ਮਾਰੀ ਆ। ਵੀਰ ਜੀ, ਤੁਸੀਂ ਦੇਖਿਓ ਲਾਈਵ ਦੇ ਵਿੱਚ ਜਿਹੜੇ ਕਿਨਰ ਹੈਗੇ ਆ
ਉਹਨਾਂ ਨੂੰ ਪੰਜਾਬੀ ਚ ਕਹਿ ਦਿੰਦੇ ਹੈਗੇ ਆ ਖੁਸਰੇ ਜੀ। ਠੀਕ ਹੈ ਜੀ। ਉਹ ਮਹੰਤ ਵੀਰ ਜੀ, ਉਹ ਮਹੰਤ ਆਪਣੇ ਘਰਾਂ ਦੇ ਵਿੱਚੋਂ ਉਹ ਲੋਕਾਂ ਦੇ ਘਰਾਂ ਦੇ ਵਿੱਚ ਥੈਲੀਆਂ ਬਣਾ ਬਣਾ ਕੇ ਪਹੁੰਚਾ ਰਹੇ, ਲੋੜਵੰਦ ਰਾਹਤ ਲੋਕਾਂ ਨੂੰ ਪਹੁੰਚਾ ਰਹੇ ਆ। ਕੀ ਸਰਕਾਰ ਸਾਡੀ ਇੰਨੀ ਜੋਗੀ ਵੀ ਹੈ ਨੀ? ਖਤਮ ਹੈ ਜੀ, ਖਤਮ ਆ ਸਾਰਾ ਕੁਛ ਸਰਕਾਰ ਤੇ, ਤੁਸੀਂ ਛੱਡ ਦਿਓ ਕਿਹੜਾ। ਜਿੰਨੇ ਮੇਰੇ ਵੀਰ ਲਾਈਵ ਦੇਖ ਰਹੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਆ ਕਿ ਆਉਣ ਵਾਲਾ ਟਾਈਮ ਤੁਸੀਂ ਆਪਣੇ ਬਾਰੇ ਸੋਚੋ, ਨਾ ਕਿ ਕਿਸੇ ਲੀਡਰ ਬਾਰੇ। ਦਾਰੂ ਤੇ ਨਾ ਡੁੱਲੋ, ਪੈਸੇ ਤੇ ਨਾ ਜਾਓ, ਇਹ ਆਪਣਾ ਜ਼ਮੀਰ ਵੇਚੋ ਨਾ ਵੀਰੋ। ਮੈਂ ਬੇਨਤੀ ਕਰਦਾ ਆ ਬਸ, ਹੋਰ ਮੈਂ ਕੁਛ ਨਹੀਂ ਕਹਿ ਸਕਦਾ। ਤੇ ਇੱਕ ਗੱਲ ਮੈਂ ਲਾਸਟ ਕਹਿਣੀ ਚਾਹਾਂਗਾ ਉਸ ਤੋਂ ਬਾਅਦ, ਕਿਉਂਕਿ ਮੈਨੂੰ ਪਤਾ ਤੁਹਾਡੇ ਕੋਲ ਕਾਲਾਂ ਬਹੁਤ ਆ ਰਹੀਆਂ ਆ। ਇੱਕ ਗੱਲ ਕਹਿਣੀ ਚਾਹਾਂਗਾ, ਜਿਵੇਂ ਬਾਦਲ, ਬੀਬੀ ਜਗੀਰ ਕੌਰ, ਠੀਕ ਹੈ ਜੀ, ਤੇ ਵੱਡੇ ਵੱਡੇ ਜਿੰਨੇ ਵੀ ਮੁੱਖ ਮੰਤਰੀ ਜਿਨ੍ਹਾਂ ਦੀਆਂ ਪੈਨਸ਼ਨਾਂ ਕਿੰਨੀਆਂ ਹੈਗੀਆਂ, ਉਹ ਸਾਰੀਆਂ ਇਸ ਰਾਹਤ ਫੰਡ ਦੇ ਵਿੱਚ ਲਾਣੀਆਂ ਚਾਹੀਦੀਆਂ। ਹੁਣ ਦੇਖੋ ਐਕਟਰਾਂ ਨੇ ਵੀ ਦਿੱਤੀਆਂ ਸਾਰਿਆਂ ਨੇ, ਉਹ ਪੈਸਾ ਕਿੱਥੇ ਜਾ ਰਿਹਾ ਜੀ? ਜੀ ਹਾਂ ਬਿਲਕੁਲ ਸਹੀ ਹੈ। ਠੀਕ ਹੈ ਜੀ, ਤੇ ਪਤਾ ਨਹੀਂ ਪੈਸਾ ਗਿਆ ਕਿੱਥੇ, ਕਿੱਧਰ ਗਿਆ, ਗਰੀਬ ਗਰੀਬਾਂ ਕੋਲ ਪਹੁੰਚਿਆ ਜਾਂ ਨਹੀਂ ਪਹੁੰਚਿਆ, ਇਸ ਗੱਲ ਦੀ ਕੀ ਪੁਸ਼ਟੀ ਆਪਣੇ ਕੋਲ? ਕੋਈ ਨਹੀਂ। ਬਿਲਕੁਲ, ਤੇ ਬਾਕੀ ਜਿਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਲੋੜ ਆ, ਸਿਰਫ ਉਹੀ ਹੀ ਆਪਣਾ ਲੈਣ, ਰਾਸ਼ਨ ਜਿਹਨੇ ਲੈਣਾ ਆ। ਔਰ ਮੈਂ ਇੱਕ ਬੇਨਤੀ ਇਹੀ ਕਰਾਂਗਾ, ਜਿਨ੍ਹਾਂ ਨੂੰ ਨਹੀਂ ਲੋੜ, ਉਹ ਸਮਾਂ ਕੇ ਆਪਣੇ ਨਾਲ ਦੇ ਘਰ ਦੀ ਹੈਲਪ ਕਰਨ, ਬਸ ਇਸ ਤੋਂ ਵੱਧ ਮੈਂ ਕੁਛ ਨਹੀਂ ਕਹਿ ਸਕਦਾ। ਜੇ ਕਿਸੇ ਨੂੰ ਕੋਈ ਵੱਧ ਘੱਟ ਕਹਿ ਗਿਆ ਹੋਵੇ, ਮੈਂ ਉਹਦਾ ਸੋਰੀ ਫੀਲ ਦਾ ਮਤਲਬ ਖਿਮਾ ਦਾ ਜਾਇਜ਼ਾ ਜੀ। ਧੰਨਵਾਦ ਸਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਗੱਲ ਕਰਕੇ ਬਹੁਤ ਵਧੀਆ ਲੱਗਾ ਜੀ, ਸਿੱਖਣ ਨੂੰ ਮਿਲਿਆ ਤੁਹਾਡੇ ਕੋਲ। ਥੈਂਕ ਯੂ ਸੋ ਮਚ। ਵੈਲਕਮ ਸਰ।